ਸਾਡਾ ਜੋ ਗੇਮ ਹੈ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਅਤੇ ਪੈਰਾਲੰਪਿਕ ਦੀ ਕਮੇਟੀ ਜੁਆਇੰਟ ਕਮੇਟੀ ਦੇਖਦੀ ਹੈ। ਮੇਨ ਪਾਵਰ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਕੋਲ ਹੈ ਕਿਉਂਕਿ ਅਸੀਂ ਬੈਡਮਿੰਟਨ ਵਰਲਡ ਫੈਡਰੇਸ਼ਨ ਦੇ ਅੰਡਰ ਸਾਰੇ ਟੂਰਨਾਮੈਂਟ ਖੇਡਦੇ ਹਾਂ। ਅਗਰ ਉਹਨਾਂ ਨੇ ਏਬਲ ਬੋਡੀ ਦਾ ਸਿਲੈਕਸ਼ਨ ਟ੍ਰਾਇਲ ਕਰਾਇਆ ਉਸ ਦੇ ਰੂਲਸ ਜੋ ਹੈ ਉਹ ਸੇਮ ਰੂਲ ਸਾਡੇ ਤੇ ਅਪਲਾਈ ਹੁੰਦੇ। ਇਹਨਾਂ ਲੋਕਾਂ ਨੇ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਭਾਕਰ ਰਾਉਰੀ ਨੇ ਇਹਨਾਂ ਨੇ ਇਹ ਲੈਟਰ ਹਾਈ ਕੋਰਟ ਦੇ ਵਿੱਚ ਦਿੱਲੀ ਦੇ ਵਿੱਚ ਅਲਫੀਆ ਕੇਸ ਦੇ ਅੰਦਰ ਰੱਖਿਆ। ਤੁਹਾਡੇ ਕੋਲ 10 ਜੁਲਾਈ ਦਾ ਲੈਟਰ ਹੈ, ਤੁਸੀਂ 24-25 ਨੂੰ ਟ੍ਰਾਇਲ ਕਰਾ ਰਹੇ ਹੋ। ਮੈਂ ਟ੍ਰਾਇਲ ਵੀ ਨਹੀਂ ਖੇਡ ਪਾਇਆ, ਨਹੀਂ ਖੇਡਣ ਦਿੱਤਾ ਤੁਸੀਂ ਮੈਨੂੰ, ਕਿਉਂਕਿ ਏਸ਼ੀਅਨ ਪੈਰਾਲੰਪਿਕ ਕਮੇਟੀ ਦੀ ਜੋ ਗਾਈਡਲਾਈਨ ਸੀ ਉਹਦੇ ਅਕੋਰਡਿੰਗ ਮੈਂ ਬਿਲਕੁਲ ਐਲੀਜੀਬਲ ਸੀ ਟ੍ਰਾਇਲ ਦੇ ਲਈ ਅਤੇ ਮੈਂ ਨੈਸ਼ਨਲ ਚੈਂਪੀਅਨ ਵੀ ਹਾਂ। ਤੁਸੀਂ ਨਾ ਤਾਂ ਮਨਿਸਟਰੀ ਦਾ ਲੈਟਰ ਮੰਨ ਰਹੇ, ਨਾ ਤੁਸੀਂ ਆਪਦੇ ਰੂਲ ਐਂਡ ਰੈਗੂਲੇਸ਼ਨ ਬਣਾ ਕੇ ਲੈ ਕੇ ਆ ਰਹੇ ਹੋ, ਤੁਸੀਂ ਏਬਲ ਬੋਡੀ ਦਾ ਰੂਲ ਸਾਡੇ ਤੇ ਲਾਗੂ ਕਰ ਦਿਓ, ਕੀ ਪ੍ਰੋਬਲਮ ਹੈ? ਗੌਰਵ ਖੰਨਾ ਕੋਲ ਕੋਈ ਅਥਾਰਟੀ ਨਹੀਂ ਸਿਲੈਕਸ਼ਨ ਕਮੇਟੀ 'ਚ ਬੈਠਣ ਦੀ। ਇੰਡੀਆ ਟੀਮ ਦਾ ਕੋਚ ਭਾਂਦਾ ਹੈ ਆਪਣੇ ਆਪ ਨੂੰ ਤਾਂ ਇੰਡੀਆ ਟੀਮ ਨਾਲ ਜਾ ਸਕਦਾ, ਟ੍ਰਾਇਲ 'ਚ ਨਹੀਂ ਇੱਥੇ ਬੈਠ ਨਹੀਂ ਸਕਦਾ ਸਿਲੈਕਸ਼ਨ ਕਮੇਟੀ 'ਚ, ਕਿਉਂਕਿ ਉਹਦੇ ਪਲੇਅਰ ਵੀ ਸਿਲੈਕਟ ਹੋ ਰਹੇ ਨਾ। ਇੰਨੀ ਧੱਕੇਸ਼ਾਹੀ, ਹੱਦ ਤੋਂ ਵੱਧ ਧੱਕੇਸ਼ਾਹੀ ਹੈ। ਨਾ ਤਾਂ ਅਨੁਰਾਗ ਠਾਕਰ ਜੀ ਨੂੰ ਦਿਖ ਰਿਹਾ, ਨਾ ਡੀਜੀ ਸਾਹਿਬ ਨੂੰ ਦਿਖ ਰਿਹਾ। ਇੰਨੀਆਂ ਮੇਲਸ ਕੀਤੀਆਂ, ਕੰਪਲੇਂਟਸ ਕੀਤੀਆਂ, ਪੀਸੀਆਈ ਨੇ ਵੀ, ਆਬਜ਼ਰਵਰ ਨੇ ਵੀ ਰਿਪੋਰਟ ਦਿੱਤੀ ਹੈ ਕਿ ਟ੍ਰਾਇਲ ਬਿਲਕੁਲ ਰੂਲਾਂ ਦੇ ਗਲਤ ਹੋਇਆ। ਹਰ ਖਿਡਾਰੀ ਆਪਣੀ ਗੇਮ ਦੇ ਲਈ ਜੀ ਤੋੜ ਮਿਹਨਤ ਕਰਦਾ ਹੈ ਅਤੇ ਹਰ ਇੱਕ ਖਿਡਾਰੀ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣਾ ਨਾਮ, ਆਪਣੇ ਮਾਂ ਬਾਪ ਦਾ ਨਾਮ ਅਤੇ ਦੇਸ਼ ਭਰ ਦੇ ਵਿੱਚ ਨਾਮ ਰੋਸ਼ਨ ਕਰੇ। ਪਰ ਖਿਡਾਰੀਆਂ ਦੇ ਨਾਲ ਕਈ ਵਾਰ ਭੇਦਭਾਵ ਦੀ ਗੱਲਾਂ ਵੀ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਤੇ ਅਜਿਹਾ ਹੀ ਮਾਮਲਾ ਇੱਕ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਵਿਅਕਤੀ ਦੇ ਨਾਲ ਜਿਹੜਾ ਭੇਦਭਾਵ ਹੋਇਆ। ਉਹ ਵਿਅਕਤੀ ਕੌਣ ਹੈ? ਉਹ ਵਿਅਕਤੀ ਇਸ ਟਾਈਮ ਸਾਡੇ ਨਾਲ ਮੌਜੂਦ ਹੈ, ਨਾਮ ਹੈ ਸੰਜੀਵ ਕੁਮਾਰ। ਤਾਂ ਸੰਜੀਵ ਕੁਮਾਰ ਜੀ, ਕੀ ਗੱਲ ਹੈਗੀ ਹੈ ਕਿ ਤੁਸੀਂ ਅੱਜ ਜਿਹੜਾ ਪ੍ਰੋਟੈਸਟ ਕਰਨ ਲਈ ਵੀ ਮਜਬੂਰ ਹੋ ਚੁੱਕੇ ਹੋ, ਕਿਸ ਤਰ੍ਹਾਂ ਦਾ ਧੱਕਾ ਜਿਹੜਾ ਤੁਹਾਡੇ ਨਾਲ ਹੋਇਆ? ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਸਰ। ਮੇਰਾ ਨਾਮ ਸੰਜੀਵ ਕੁਮਾਰ ਹੈ, ਵੀਲਚੇਅਰ ਪੈਰਾ ਬੈਡਮਿੰਟਨ ਪਲੇਅਰ ਇੰਡੀਆ ਹਾਂ ਮੈਂ ਅਤੇ ਨੈਸ਼ਨਲ ਚੈਂਪੀਅਨ ਹੈ, ਕਰੰਟ ਚੈਂਪੀਅਨ। ਅਤੇ ਜਿਹੜਾ ਧੱਕੇ ਦੀ ਗੱਲ ਹੈ ਨਾ, ਇਹ ਹੁਣੀ ਏਸ਼ੀਅਨ ਗੇਮ ਦਾ ਸਿਲੈਕਸ਼ਨ ਟ੍ਰਾਇਲਸ ਹੋਇਆ 24-25 ਤਰੀਕ ਨੂੰ ਜੋ ਨੋਇਡਾ 'ਚ ਕਰਾਇਆ ਗਿਆ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਵੱਲੋਂ। ਮਤਲਬ ਸਾਡਾ ਜੋ ਗੇਮ ਹੈ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਅਤੇ ਪੈਰਾਲੰਪਿਕ ਦੀ ਕਮੇਟੀ ਜੁਆਇੰਟ ਕਮੇਟੀ ਦੇਖਦੀ ਹੈ। ਮੇਨ ਪਾਵਰ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਕੋਲ ਹੈ ਕਿਉਂਕਿ ਅਸੀਂ ਬੈਡਮਿੰਟਨ ਵਰਲਡ ਫੈਡਰੇਸ਼ਨ ਦੇ ਅੰਡਰ ਸਾਰੇ ਟੂਰਨਾਮੈਂਟ ਖੇਡਦੇ ਹਾਂ। ਅਗਰ ਉਹਨਾਂ ਨੇ ਏਬਲ ਬੋਡੀ ਦਾ ਸਿਲੈਕਸ਼ਨ ਟ੍ਰਾਇਲ ਕਰਾਇਆ ਉਸ ਦੇ ਰੂਲਸ ਜੋ ਹੈ ਉਹ ਸੇਮ ਰੂਲ ਸਾਡੇ ਤੇ ਅਪਲਾਈ ਹੁੰਦੇ ਆ ਜੋ ਟ੍ਰਾਇਲਸ ਲੈਣਾ ਹੈ। ਬਟ ਇੱਥੇ ਕੀ ਹੋਇਆ ਕਿ ਜੋ ਚੇਅਰਮੈਨ ਪ੍ਰਭਾਕਰ ਰਾਓ ਹੈ ਪੈਰਾ ਬੈਡਮਿੰਟਨ ਦਾ, ਜੋ ਸਿਰਫ ਔਰ ਸਿਰਫ ਗੌਰਵ ਖੰਨਾ ਅਕੈਡਮੀ ਨੂੰ ਫਾਇਦਾ ਦੇਣ ਦੇ ਲਈ, ਕਿਉਂਕਿ ਗੌਰਵ ਖੰਨਾ ਇੱਕ ਅੰਪਾਇਰ ਸੀ, ਅੰਪਾਇਰ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਦੇ ਅੰਦਰ, ਮਯੂਰ ਪਾਰਿਕ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਦੇ ਅੰਦਰ ਹੈ, ਉਹ ਆਪਦੀ ਦੋਸਤੀ ਨਿਭਾ ਰਹੇ ਹੈ। ਦੋਸਤੀ ਨਿਭਾਉਂਦੇ ਹੋਏ ਗੌਰਵ ਖੰਨਾ ਅਕੈਡਮੀ ਨੂੰ ਫਾਇਦਾ ਦੇਣ ਦੇ ਲਈ ਪ੍ਰਭਾਕਰ ਰਾਓ ਨੇ ਸਾਰੇ ਰੂਲ ਉਹ ਬਣਾਏ ਜੋ ਗੌਰਵ ਖੰਨਾ ਚਾਹੁੰਦਾ ਸੀ, ਵੀ ਚੰਗੇ ਪਲੇਅਰ ਜੋ ਉਸ ਅਕੈਡਮੀ ਦੇ ਨਹੀਂ ਸਟੂਡੈਂਟਸ ਬਾਹਰ ਖੇਡਦੇ ਹੈ ਜਾਂ ਆਪਣੇ ਦਮ ਦੇ ਉੱਪਰ ਕੁਝ ਕਰਦੇ ਹੈ, ਉਹਨਾਂ ਨੂੰ ਬਾਹਰ ਕੱਢ ਕੇ ਆਪਾਂ ਰੂਲ ਬਣਾਉਂਦੇ ਹਾਂ। ਉਹਨਾਂ ਨੇ 5 ਜਾਂ 6 ਕ੍ਰਾਈਟੇਰੀਆ ਬਣਾਏ ਜਿਸ 'ਚ ਟੋਪ ਦੇ ਪਲੇਅਰਸ ਨੂੰ ਕੰਸੀਡਰ ਕੀਤਾ ਗਿਆ, ਵਰਲਡ ਟੋਪ 10 ਰੈਂਕ ਤੱਕ ਪਲੇਅਰ ਕੰਸੀਡਰ ਕੀਤੇ ਗਏ, ਏਸ਼ੀਆ 5 ਰੈਂਕ ਤੱਕ ਕੰਸੀਡਰ ਕੀਤੇ ਗਏ, ਅਤੇ ਕਿਸੇ ਨੇ ਕਿਸੇ ਅੰਡਰ 10 ਪਲੇਅਰ ਨੂੰ ਹਰਾਤਾ ਉਹਨੂੰ ਵੀ ਕੰਸੀਡਰ ਕੀਤਾ ਗਿਆ। ਅਤੇ ਈਵਨ ਉੱਥੇ ਜਿਹੜੀ ਕੁੜੀ ਖੇਡੀ ਉਹ ਦੋ ਨੈਸ਼ਨਲ ਹੀ ਖੇਡੀ ਹੋਈ, ਉਹ ਵੀ ਟ੍ਰਾਇਲ ਖੇਡ ਰਹੀ ਹੈ। ਹੁਣ ਦੱਸੋ ਰੂਲ ਇੱਕ ਆਉਣਾ ਚਾਹੀਦਾ, ਜੋ ਅਸਲੀ ਰੂਲ ਹੈ ਮਨਿਸਟਰੀ ਦਾ, ਸੈਂਟਰ ਮਨਿਸਟਰੀ ਦਾ ਏਸ਼ੀਅਨ ਗੇਮ ਦੇ ਰਿਗਾਰਡਿੰਗ, ਉਹ ਰੂਲ ਇਹ ਕਹਿੰਦਾ ਕਿ ਟੋਪ 8 ਏਸ਼ੀਆ ਰੈਂਕ ਦੇ ਵਿੱਚ ਜੋ ਪਲੇਅਰ ਆਏਗਾ ਅਸੀਂ ਉਸਨੂੰ ਭੇਜਾਂਗੇ। ਇਹ ਹਲਫਨਾਮਾ, ਇਹ ਲੈਟਰ ਇਹਨਾਂ ਲੋਕਾਂ ਨੇ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਭਾਕਰ ਰਾਉਰੀ ਨੇ ਇਹਨਾਂ ਨੇ ਇਹ ਲੈਟਰ ਹਾਈ ਕੋਰਟ ਦੇ ਵਿੱਚ ਦਿੱਲੀ ਦੇ ਵਿੱਚ ਅਲਫੀਆ ਕੇਸ ਦੇ ਅੰਦਰ ਰੱਖਿਆ। ਦਿੱਲੀ ਦੇ ਵਿੱਚ ਅਲਫੀਆ ਨੇ ਕੇਸ ਲਗਾਇਆ ਕੁੜੀ ਨੇ ਵੀ ਮੈਨੂੰ ਨਹੀਂ ਖਿਲਾ ਰਹੇ ਟ੍ਰਾਇਲ ਦੇ ਵਿੱਚ, ਅਸੀਂ ਐਲੀਜੀਬਲ ਹਾਂ ਅਤੇ ਸਾਨੂੰ ਰੋਕਿਆ ਜਾ ਰਿਹਾ। ਉਸ ਕੇਸ 'ਚ ਜਾ ਕੇ ਕਹਿੰਦੇ ਅਸੀਂ ਤਾਂ ਟੋਪ 8 ਲੈ ਕੇ ਜਾਣੇ ਜੀ, 10 ਨਹੀਂ ਜਾਣੇ। ਮੇਰਾ 7 ਹੈ ਫਿਰ ਮੈਨੂੰ ਕਿਉਂ ਨਹੀਂ ਲੈ ਕੇ ਜਾਂਦੇ? ਤੁਹਾਡੇ ਕੋਲ 10 ਜੁਲਾਈ ਦਾ ਲੈਟਰ ਹੈ, ਤੁਸੀਂ 24-25 ਨੂੰ ਟ੍ਰਾਇਲ ਕਰਾ ਰਹੇ ਹੋ, ਮੈਂ ਟ੍ਰਾਇਲ ਵੀ ਨਹੀਂ ਖੇਡ ਪਾਇਆ, ਨਹੀਂ ਖੇਡਣ ਦਿੱਤਾ ਤੁਸੀਂ ਮੈਨੂੰ, ਜਦਕਿ ਮੈਨੂੰ ਪੈਰਾਲੰਪਿਕ ਕਮੇਟੀ ਦਾ ਲੈਟਰ ਮਿਲ ਚੁੱਕਿਆ ਸੀ ਕਿਉਂਕਿ ਏਸ਼ੀਅਨ ਪੈਰਾਲੰਪਿਕ ਕਮੇਟੀ ਦੀ ਜੋ ਗਾਈਡਲਾਈਨ ਸੀ ਉਹਦੇ ਅਕੋਰਡਿੰਗ ਮੈਂ ਬਿਲਕੁਲ ਐਲੀਜੀਬਲ ਸੀ ਟ੍ਰਾਇਲ ਦੇ ਲਈ ਅਤੇ ਮੈਂ ਨੈਸ਼ਨਲ ਚੈਂਪੀਅਨ ਵੀ ਹਾਂ। ਦੂਸਰੀ ਤਰਫ ਜਦੋਂ ਅਸੀਂ ਮੇਲ ਸਾਰੀਆਂ ਕੀਤੀਆਂ ਉਹਦਾ ਵੀ ਕੋਈ ਰਿਪਲਾਈ ਨਹੀਂ। ਪ੍ਰਭਾਕਰ ਰਾਓ ਨੇ ਮੈਡਮ ਦੀ ਲੈਟਰ ਇਸ਼ੂ ਹੋਣ ਤੋਂ ਬਾਅਦ ਮੈਨੂੰ ਮੇਲ ਕੀਤੀ ਕਿ ਤੁਸੀਂ ਟ੍ਰਾਇਲ 'ਤੇ ਨਹੀਂ ਆਉਣਾ, ਤੁਹਾਡੇ 'ਤੇ ਕੋਰਟ ਆਫ ਕੰਡਕਟ ਲਗਾ ਦਾਂਗੇ, ਤੁਸੀਂ ਨਹੀਂ ਖੇਡ ਪਾਓਗੇ, ਤੁਹਾਡੇ 'ਤੇ ਕਾਰਵਾਈ ਕੀਤੀ ਜਾਏਗੀ, ਕਾਰਵਾਈ ਕੀਤੀ ਜਾਏਗੀ। ਪਰ ਹੁਣ ਤੁਸੀਂ ਇਹ ਦੇਖੋ ਵੀ ਤੁਸੀਂ ਨਾ ਤਾਂ ਮਨਿਸਟਰੀ ਦਾ ਲੈਟਰ ਮੰਨ ਰਹੇ, ਨਾ ਤੁਸੀਂ ਆਪਦੇ ਰੂਲ ਐਂਡ ਰੈਗੂਲੇਸ਼ਨ ਬਣਾ ਕੇ ਲੈ ਕੇ ਆ ਰਹੇ ਹੋ, ਤੁਸੀਂ ਏਬਲ ਬੋਡੀ ਦਾ ਰੂਲ ਸਾਡੇ 'ਤੇ ਲਾਗੂ ਕਰ ਦਿਓ, ਕੀ ਪ੍ਰੋਬਲਮ ਹੈ? ਤੁਸੀਂ ਟ੍ਰਾਇਲ ਕਰਾਓ, ਖਿਲਾਓ, ਤਾਂ ਹੀ ਜਾਵਾਂਗੇ ਨਾ। ਪਰ ਤੁਸੀਂ ਟ੍ਰਾਇਲ ਹੀ ਨਹੀਂ ਕਰਾ ਰਹੇ, ਤੁਸੀਂ ਸਿਰਫ ਆਪਦੀ ਇੱਕ ਟੀਮ ਡਬਲ ਦੀ ਲੈ ਲਈ, ਇੱਕ ਮਿਕਸ ਡਬਲ ਦੀ ਗੌਰਵ ਖੰਨਾ ਅਕੈਡਮੀ ਤੋਂ ਚੱਕ ਕੇ ਲੈ ਲਏ ਅਤੇ ਉਹਨਾਂ ਨੂੰ ਭੇਜ ਰਹੇ ਹੈ ਜੀ। ਮਤਲਬ ਪ੍ਰਾਈਵੇਟ ਸੈਕਟਰ ਨੂੰ ਜਿਹੜਾ ਵਾ ਪ੍ਰਮੋਟ ਕੀਤਾ ਜਾ ਰਿਹਾ, ਉਹਨਾਂ ਨੂੰ ਹੀ ਪਹਿਲ ਦੇ ਆਧਾਰ 'ਤੇ ਜਿਹੜੀਆਂ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ, ਅਤੇ ਜਿਹੜੇ ਬਾਕੀ ਨੇ ਚੈਂਪੀਅਨਸ਼ਿਪ ਖੇਡ ਚੁੱਕੇ ਨੇ, ਜਿਹੜੇ ਮੌਜੂਦਾ ਨੇ, ਉਹ ਜਿਹੜੇ ਐਲੀਜੀਬਿਲਿਟੀ ਜਿਨ੍ਹਾਂ ਨੂੰ ਮਿਲੀ ਹੋਈ ਹੈ, ਜਿਹੜੇ ਐਲੀਜੀਬਲ ਨੇ, ਉਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ, ਇਹਦੇ ਪਿੱਛੇ ਕਾਰਨ ਕੀ?
हैड कोच की कोई वैकेंसी नहीं कड़ी गई, कभी भी किसी लोग ने अप्लाई नहीं किया। पहला तो धक्के बैडमिंटन के आके बढ़िया ये बंदा गौरव खन्ना, उस तो बाद सिर्फ और सिर्फ क्योंकि ये अंपायर से पर म्यूर पारक भी प्रभाकर राव भी बैडमिंटन एसोसीएशन ऑफ इंडिया के है, उन्हें सारे लोग मिल के काम कर रहे हैं और सिर्फ गौरव खन्ना के कहने काम कर रहे हैं, आप दी अखा बंद करके काम कर रहे हैं। क्यों संजय मिश्रा के सैन क्यों नहीं हो रहे, जनरल सैकटरी है ना, क्यों नहीं हुए फाइनल मीटिंग पैरालंपिक की प्रेजिडेंट क्यों नहीं गई, वो सिलैक्शन कमेटी की चेयरमैन सी क्यों नहीं गई, क्योंकि उत्थे देखा उन्होंने उमेश विक्रम ट्रायल हारिया, ट्रायल हारन उमेश विक्रम ट्रायल जीतया सी, मनोज सरकार हारिया सी थर्ड प्लेस तो भी चौथे तो आए थे मनोज, विक्रम फाइनल लिस्ट के गौरव खन्ना ने बैठ के बाहर कढ़ाता, चौथे नंबर वाला अंदर आ गया, तीजे वाला बाहर चला गया। गौरव खन्ना कोई अथॉरिटी नहीं सिलेक्शन कमेटी बैठने की, इंडिया टीम का कोच घुमाता है अपने आप को तो इंडिया टीम नाल जा सकता है, ट्रायल च नहीं इतने बैठ नहीं सकता सिलेक्शन कमेटी से, क्योंकि वो प्लेयर भी सिलेक्ट हो रहे हैं ना, ये तो बन नहीं सकती ना गल, पर उत्थे बैठ के उन्हें सारा कुछ करवाया कड़े गए, पर लता कुड़ी सिलेक्ट की थी वो भी बाहर कढ़ती, मतलब इन्नी धक्केशाही हद तो वध धक्केशाही है ना, तो अनुराग ठाकुर जी दिख रहा ना डी जी साई दिख रहा, इन्नियां मेल्स कीतियां कंप्लेंट्स कीतियां, पीसीआई ने भी ऑब्जर्वर ने भी रिपोर्ट दी है कि ट्रायल बिल्कुल रूलों के गलत होया, पीसीआई ऑब्जर्वर की भी रिपोर्ट है जी। हुण तक तुसीं किन्नी गेमां खेड चुके हो, किन्ने मैडल जीत चुके हो हुण तक? मैं बैडमिंटन खेल रहा, मैं 2008 तो खेल रहा, अगर आप गल करिए मैं हुण तक इंटरनेशनल दे विच 5 गोल्ड मैडल जीते है, जो कि मेरा रिकॉर्ड है, मैं पहला प्लेयर से जिन्हें 5 दे 5 गोल्ड मैडल जीते, तो वह भी विदेशी खिलाड़ियों नाल खेल के जीते, सिल्वर 4 जीत चुके हैं जिस एक वर्ल्ड गेम सिल्वर मैडल है, 10 ब्राउन जीत चुके हैं क्योंकि लेटेस्ट मैच ऐड करना है, नैशनल 19 गोल्ड जीते हैं, मैं 11 साल तो नैशनल चैंपियन हाँ सिंगल का, डबल मिक्स डबल मिला के 19 गोल्ड है मेरे को, 7 सिल्वर है तो 5 ब्रॉन्ज है, तो तुम आप सोचो कि मैं पंजाब का महाराजा रणजीत सिंह वाड़ी भी हाँ, स्टेट वाड़ी भी हाँ, तो मतलब जो बंदा 11 साल तो नैशनल चैंपियन है किसी गलत ही है ना, देश के खिलाड़ी भेजना तो बेस्ट प्लेयर को भेजो, तुम डबल तो लैके जो मेरे तो हारदा उन्होंने सिंगल ऑफर कर रहे उत्तर खेलना, इतने 3 स्लॉट पे फिर क्यों नहीं दे रहे खेलन, मतलब सीधा स्पष्ट है कि हो सकता इन लोगों ने पैसे लेके भी सिलेक्शन किए होन, क्योंकि जिस दे विच फाइनल लिस्ट दे विच स्पष्ट दिखे कि 2 प्लेयर जिहड़े सिलेक्ट हो गए उन्होंने भी कढ़िया गया, इस चीज़ तो अंदाजा लगाया जा सकता है कि ट्रायल तो गलत हो ही होए, प्लेयर नाल धक्का किया ही किया बैडमिंटन ने गौरव खन्ना अकैडमी को फायदा देने लिए, पर फाइनल लिस्ट दे विच भी हेर फिर इस चीज़ तो स्पष्ट दिखता है कि यह सिर्फ धोखा किया जा रहा, आप लड़ाई लड़ांगे हाईकोर्ट भी जावांगे, तो इन्हों के खिलाफ हो सके जरूरत हुई तो अनुराग ठाकुर जी ने हुण तक तो मेल ही की है, हो सकता मैं अनुराग ठाकुर की कोठी के बार जाके धरने भी बैठ जा, तो हुण तक तुसी जिनी भी हुण तुसी जिवें हुण फाइलां तुसी अपनी कोल हैगियां तुहाडे जीवन अचीवमेंट्स दियां, हुण तक तुसी किन्नू किन्नू मिले हैगे हो या किन्ने कुन्ने तुहाडे नाल गलबात होई है कि हाँ जिहड़ा तुहाडे नाल तक्का हो रहा कि इहदे उत्ते जिहड़ी गल होवे चर्चा होवे जिहड़ा तुहानूं मौका मिले जिहड़ा तुहाडा बणदा हैगा? देखो पैरालंपिक कमेटी की प्रेजिडेंट नाल मैं जदों मेल की गलबात की उन्होंने भी पता है कि इहदे नाल तक्का हो रहा है, पर वो कहते हैं कि मेरे हाथ बस कुछ नहीं है क्योंकि बैडमिंटन एसोसीएशन ऑफ इंडिया कहती है कि फाइनल अथॉरिटी असी हाँ सिलेक्शन करन दी, तुसी तो एंट्री भेज सकते हो, अगर मैं एलिजिबल नहीं सी फिर मेरा नाम पहली लिस्ट चाइना क्यों गया, एक्रीडेशन कार्ड मेरा चाइना बनाने लिए क्यों भेजा, फिर तुसी रात रात रूल चेंज करके लेके आए, प्रेजिडेंट को पता है गलत हो रहा है, प्रेजिडेंट को पीसीआई ऑब्जर्वर की रिपोर्ट भी मिली है, प्रेजिडेंट को टोटली होलसोल देखा भी है उन्हें जो चीज़ा देखी हैं, पर एशियन पैरालंपिक की गाइडलाइनस भी मैडम के कोल खुद है वो भी दिख रही है उन्होंने, पर ये लोग सिर्फ और सिर्फ धक्का कर रहे हैं जो कि गलत है, बैडमिंटन एसोसीएशन ऑफ इंडिया तो यहोजी घटिया करतूत की कोई उम्मीद नहीं सी, क्योंकि अपने देश के दे स्टार प्लेयर जिवें श्रीकांत हो गया, साइना नेहवाल होगी, पीवी सिंधु होगी, तुसी उन्हां दी स्पोर्ट्स नूं चलाने हो BWF के उपर जाके, तो असी इंडिया के खेलते हैं साडे नाल तुसी सानू भी देख रहे हो BWF वालों अपॉइंट किए गए हो, पर तुसी अगर उन्होंने ट्रायल सिलेक्शन ट्रायल जो किया गया उन्होंने चुनिया गया तो वो ही रूल साढ़े तो लागू करना, साढ़े लिए 50 रूल नवे क्यों बनाए सिर्फ इस करके कि गौरव खन्ना अकैडमी में फायदा होए, तो ही बनाए गए ना, तुसी टॉप 8 की जी मिनिस्ट्री की है गाइडलाइनस उसनों भी फॉलो नहीं कर रहे, क्योंकि हो एक तरफ तो कोर्ट से तुम्हें क्या भी असं 8 ले जाने हैं, दूसरी तरफ तुम 7 वजे छड़ के जा रहे हो, तो इस चीज़ तो की समझ आता है, तो जे जीते हुए ट्रायल है उन्होंने तुम टीम तो बाहर कड़ रहे हो, जे तुहाडी गल नहीं सुनी जाती तो अगला कदम की होगा? मेरा अगला कदम यह है कि मैं हाईकोर्ट जाऊँगा, हाईकोर्ट के सारे डॉक्यूमेंट्स लेके जाऊँगा, ट्रायल डे बाई डे जाके उत्थे एक्सप्लेन करूँगा किवें रूल चेंज होए हैं, किवें बेनीफिट दिता गया गौरव खन्ना अकैडमी को, किवें गौरव खन्ना एक सिलेक्शन कमेटी से बैठ सकता है नहीं सी वो किवें बैठ गया, फिर जो मैं टॉप 8 के हाँ मैं क्यों नहीं भेजा गया, जो मैं लॉन्ग लिस्ट से मेरा नाम एक्रीडेशन लिए गया तो फिर मैं टीम से क्यों नहीं हाँ, मैं ट्रायल खेलने लिए गया तो मैं ट्रायल खेलन क्यों नहीं दिता, बाकी कैटागरी के भी ट्रायल जे है अद्धिया तो ज़्यादा कैटागरी से करवाए नहीं, जेडे कराए थे वो भी तुम लोगों को बाहर कढ़ता, जो विनर से वो बाहर हो गए, जो हारे से अंदर हो गए, तो इस चीज़ तो स्पष्ट है कि हेर फेर
ਧੋਖਾ ਸਪਸ਼ਟ ਹੋਇਆ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਇਹੋ ਜਿਹੀ ਘਟੀਆ ਕਰਤੂਤਾਂ ਕਦੀ ਚੰਗੀ ਨਹੀਂ ਲੱਗਦੀ। ਮੈਂ ਰਿਕੁਐਸਟ ਕਰੂੰਗਾ ਅਨੁਰਾਗ ਠਾਕੁਰ ਜੀ ਨੂੰ, ਸਪੋਰਟਸ ਮਿਨਿਸਟਰ ਇੰਡੀਆ ਨੂੰ, ਕਿ ਇਸ ਕੇਸ ਨੂੰ ਦੇਖਦੇ ਹੋਏ ਇਸ ਕਮੇਟੀ ਨੂੰ ਸਸਪੈਂਡ ਕਰਨ, ਪ੍ਰਭਾਕਰ ਰਾਓ ਮਯੂਰ ਪਾਰਿਕ ਅਤੇ ਗੌਰਵ ਖੰਨਾ ਵਰਗੇ ਕੋਚ ਨੂੰ ਹਟਾਇਆ ਜਾਏ ਕਿਉਂਕਿ ਇਹ ਦੇਸ਼ ਦਾ ਨੁਕਸਾਨ ਹੀ ਕਰਨਗੇ। ਤਾਂ ਮੇਰਾ ਆਖਰੀ ਸਵਾਲ ਹੈਗਾ, ਜਿਹੜਾ ਤੁਸੀਂ ਐਲੀਗੇਸ਼ਨ ਕਹਿ ਰਹੇ ਹੈਗੇ ਹੋ ਕਿ ਉਹ ਪੈਸਿਆਂ ਦੇ ਕਰਕੇ ਵੀ ਹੋ ਸਕਦਾ, ਕਿ ਤੁਹਾਡੇ ਕੋਲ ਕੋਈ ਸਬੂਤ ਹੈ ਜਾਂ ਤੁਹਾਡੇ ਕੋਲ ਕੋਈ ਤਰ੍ਹਾਂ ਦੀ ਜਾਣਕਾਰੀ ਹੈਗੀ ਕਿ ਪੈਸਿਆਂ ਦੇ ਕਰਕੇ ਜਿਹੜਾ ਬਾਕੀਆਂ ਨੂੰ ਸਿਲੈਕਸ਼ਨ ਦਿੱਤੀ ਗਈ ਅਤੇ ਤੁਹਾਡਾ ਜਿਹੜਾ ਨਾਮ ਨਹੀਂ ਦਿੱਤਾ ਗਿਆ? ਦੇਖੋ, ਜਿਸ ਤਰੀਕੇ ਨਾਲ ਟ੍ਰਾਇਲਸ ਹੋਏ, ਮੇਰੇ ਕੋਲ ਕੋਈ ਪੱਕੀ ਜਾਣਕਾਰੀ ਨਹੀਂ ਹੈ, ਮੈਨੂੰ ਮਤਲਬ ਸ਼ੰਕਾ ਹੈ ਇਸ ਚੀਜ਼ ਦੀ, ਕਿਉਂਕਿ ਜਿਸ ਤਰੀਕੇ ਨਾਲ ਟ੍ਰਾਇਲ ਹੋਏ ਸਾਰੇ ਕਾਨੂੰਨ ਛਿੱਕੇ ਟੰਗੇ ਗਏ, ਪੈਰਾਓਲੰਪਿਕ ਮੈਡਮ ਦਾ ਲੈਟਰ ਛਿੱਕੇ ਟੰਗਿਆ ਗਿਆ, ਹੈਂ, ਉਸ ਚੀਜ਼ ਤੋਂ ਇਸ ਚੀਜ਼ ਕਿਤੇ ਨਾ ਕਿਤੇ ਲੱਗਦਾ ਹੈ ਅਤੇ ਤੁਸੀਂ ਵੀ ਅਸੀਂ ਸੋਚ ਸਕ ਸਕਦੇ ਹੋ। ਫਾਈਨਲ ਲਿਸਟ ਹੋਣ ਦੇ ਬਾਵਜੂਦ ਜਿਹੜੇ ਸਿਲੈਕਟ ਕੀਤੇ ਰਾਤੋ ਰਾਤ ਉਹਨਾਂ ਨੂੰ ਬਾਹਰ ਕੱਢਿਆ ਗਿਆ, 3 ਨੰਬਰ ਨੂੰ ਹਟਾ ਕੇ 4 ਨੂੰ ਲਿਆ ਗਿਆ, ਅਤੇ ਜਿਹੜੀ ਕੁੜੀ ਸਿਲੈਕਟ ਕੀਤੀ ਸੀ ਪਹਿਲਾਂ ਉਹਨੂੰ ਬਾਹਰ ਕੱਢ ਕੇ ਆਪਦੀ ਹੀ ਅਕੈਡਮੀ ਦੀ ਕੁੜੀ ਨੂੰ ਸਿੰਗਲ ਆਫਰ ਕਰ ਦਿੱਤੀ ਗਈ। ਇਸ ਚੀਜ਼ ਤੋਂ ਸਪਸ਼ਟ ਹੁੰਦਾ ਹੈ ਕਿ ਕਿਤੇ ਨਾ ਕਿਤੇ ਪੈਸੇ ਦਾ ਖੇਲ ਵੀ ਹੋ ਸਕਦਾ ਜੀ। ਬਿਲਕੁਲ, ਇਹ ਸਨ ਸਾਡੇ ਨਾਲ ਸੰਜੀਵ ਕੁਮਾਰ, ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ 19 ਸਾਲਾਂ ਦੀ ਮਿਹਨਤ ਜਿਹੜੀ ਹੈ ਇੱਕ ਗੇਮ ਨੂੰ ਦਿੱਤੀ ਗਈ, ਬੈਡਮਿੰਟਨ ਜੋ ਕਿ ਖੇਡਦੇ ਨੇ ਵ੍ਹੀਲਚੇਅਰ ਦੇ ਖਿਡਾਰੀ ਨੇ, ਤਾਂ ਨਾਲ ਹੀ ਜਿਹੜੇ ਹੁਣ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਜੋ ਕਿ ਉਹਨਾਂ ਦਾ ਨਾਮ ਬਣਦਾ ਸੀਗਾ ਪਰ ਉਹਨਾਂ ਦਾ ਨਾਮ ਜਿਹੜਾ ਹੈ ਉਹ ਲਿਸਟ ਵਿੱਚੋਂ ਕੱਢ ਦਿੱਤਾ ਗਿਆ, ਪਰ ਉਹਨਾਂ ਵੱਲੋਂ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਕਿ ਉਹਦੀ ਜਾਂਚ ਹੋਵੇ ਅਤੇ ਜੋ ਵੀ ਬਣਦੀ ਕਾਰਵਾਈ ਉਹ ਹੋਵੇ ਅਤੇ ਜੋ ਉਹਨਾਂ ਵੱਲੋਂ ਜੋ ਉਹਨਾਂ ਦਾ ਮੌਕਾ ਬਣਦਾ ਹੈਗਾ, ਜੋ ਉਹਨਾਂ ਦੀ ਗੇਮ ਦੇ ਅਨੁਸਾਰ ਜੋ ਉਹਨਾਂ ਦਾ ਰੈਂਕ ਹੈਗਾ ਹੁਣ ਤੱਕ ਜਿੰਨੀ ਮਿਹਨਤ ਉਹ ਕਰ ਚੁੱਕੇ ਹੈਗੇ ਨੇ, ਤਾਂ ਉਹਨਾਂ ਨੂੰ ਜਿਹੜਾ ਖੇਡਣ ਦਾ ਮੌਕਾ ਜਿਹੜਾ ਉਹ ਦਿੱਤਾ ਜਾਵੇ। ਕੈਮਰਾਮੈਨ ਮੋਹਨ ਸਿੰਘ ਦੇ ਨਾਲ ਸਨੀ ਹਟਵਾਲ, ਚੰਡੀਗੜ੍ਹ।